ਲੋ ਭਾਈ ਵੀਰੋ ਬੈਂਫਰ ਵੀ ਮੰਗਾ ਲਿਆ ਉਦਣ ਆਪਾਂ ਟਰੈਕਟਰ ਲਿਆ ਸੀ 7-8 ਦਿਨ ਪਹਿਲਾਂ ਛਤਰੀ ਲਵਾ ਕੇ ਆ ਗਿਆ ਬਬਲੂ ਕਲਸੀ ਦੀ ਅਤੇ ਬੈਂਫਰ ਆਪਾਂ ਨੂੰ ਮਿਲਿਆ ਨਹੀਂ ਬੈਂਫਰ ਜੀ ਬੈਂਫਰ ਉਹ ਸਭ ਛੋਟੇ ਸੀ ਅਤੇ ਮੁੰਡੇ ਕਹਿੰਦੇ ਦੂਸਰਾ ਲਵਾਉਣਾ ਇਹ ਆਰਡਰ 'ਤੇ ਬੈਂਫਰ ਆਇਆ ਅੱਜ ਇਹਨੂੰ ਆਪਾਂ ਲਾਉਣ ਜਾ ਰਹੇ ਹਾਂ ਲਾ ਕੇ ਵੇਹਨੇ ਹਾਂ ਕਿੱਦਾਂ ਤਾਂ ਲੱਗਦਾ ਨਾਪ ਕੇ ਵੀ ਦੱਸਦੇ ਆ ਕਿੰਨਾ ਲੰਬਾ ਵਾ ਪਹਿਲਾਂ ਉੱਥੇ ਲਵਾਇਆ ਸੀ ਇਹਨਾਂ ਨੂੰ ਪਸੰਦ ਨਹੀਂ ਆਇਆ ਮੁੰਡੇ ਇਹਨਾਂ ਦੇ ਛੋਟਾ ਫਿਰ ਆਰਡਰ ਦਿੱਤਾ ਬਬਲੂ ਕਲਸੀ ਦਾ ਫਿਰ ਵਿੰਫਰ ਦੁਬਾਰਾ ਤੂੰ ਆਇਆ ਏ ਕਹਿੰਦੇ ਕੋਲ ਨਹੀਂ ਲਵਾਉਣਾ ਉਹ ਇੱਦਾਂ ਵਜਨ ਲਗਾ ਰਿਹਾ ਇੱਕੋ ਬੰਦਾ ਹਿਲਾਓ ਇੱਕੋ ਬੰਦਾ ਹੀ ਕਾਫੀ ਲੰਬਾ ਮੈਂ ਮੋੜ ਤੋਂ ਮਹਾਂ ਮੁੜਿਆ ਕਰਨਾ ਕਿ ਅੱਗੇ ਵੱਜਣ ਪਿਆ ਕਰਨਾ ਇਹ ਕੋਨੇ ਕਾਨੇ ਤੁਹਾਡੇ ਛੱਡੂ ਇੱਦਾਂ ਹੀ ਗਾਂ ਰੁੱਖ 'ਚ ਵੱਜਿਆ ਕਰੂ ਹੋ ਗਿਆ ਬੈਂਪਰ ਫਿੱਟ ਰੁੱਖ ਵੀ ਬਹੁਤ ਵਧੀਆ ਫਿਟਿੰਗ ਆਈ ਤਿੱਲ ਪੁੱਠਾ ਪਾਉਣਾ ਪੈਣਾ ਵਧੀਆ ਨਾ ਬਹੁਤ ਹੀ ਵਧੀਆ ਫਿਟਿੰਗ ਸਪੀਕਰ ਬਹੁਤ ਵਧੀਆ ਨਾ ਪਿਆ ਫਿਟਿੰਗ ਬਹੁਤ ਵਧੀਆ ਵਾ ਅਤੇ ਸ਼ੋ ਬੰਦ ਕਰਕੇ ਨਾਪ ਲਓ ਮੈਂ ਤੈਨੂੰ 25 ਗਿਆ ਇਹਨਾਂ ਨੇ ਬਿਲਕੁਲ ਮੈਂ ਆਪਣੇ ਫਰਕ ਨਹੀਂ ਪਾਇਆ 17-18 ਇੰਚ ਪਿਆ ਸੀ ਅੱਗੇ ਆਪਾਂ ਲਵਾਏ 18 ਇੰਚ ਸੀ ਉਹ ਭਾਈ ਸਿੱਧੀ ਰੱਖਣੀ ਦੱਸੋ ਨਾਪ ਕੇ ਭਾਈ ਸਿੱਧੀ ਹੈਗੀ ਆ 22.5 ਇੰਚ ਮੰਨ ਕੇ ਚਲੋ ਵਧੀਆ ਬਈ ਤੁਹਾਨੂੰ ਸਾਰੇ ਦੱਸਿਓ ਕਿੱਦਾਂ ਦਾ ਲੱਗਾ ਪਹਿਲਾ ਟਰੈਕਟਰ ਜਿਹੜਾ ਆਪਾਂ ਖਰੀਦਿਆ ਸੀ ਦੂਸਰਾ ਇੱਕ ਹੋਰ ਨਵੋਂ ਖਰੀਦਿਆ ਵਾ ਉਹਨੂੰ ਨਹੀਂ ਲੱਗਾ ਕੇ ਬਿਲਕੁਲ 5 ਦਿਨ ਲਿਆ ਵਾ ਉਹਨੂੰ ਦੱਸਣ ਬਾਕੀ ਬ੍ਰਦਰ ਦੱਸੋ ਤੁਸੀਂ ਦੱਸਿਓ ਠੀਕ ਹੈ ਜੀ ਓਕੇ